स्वागत, मैं हरजिंदर सिंह रंधावा, तुसीं देख रहे हो पंजाब टैलीविजन। मेरे नाल ने सरदार नरिंदरपाल सिंह। असी मुगलों के राज विच जी रहे हैं, ऐसा एहसास होंदा है। पिछे 10 साल अकालियां दा राज सी, उन्होंने रेते बजरी ते गुंडा टैक्स ला ला के अपने घर भर ले। अजकल सुनीदा कि उन्होंने कोल पैसे मुक गया, अगले 5 साल की तैयारी करते पे आ। लेकिन मुश्किल वो हुई जदों कैप्टन अमरिंदर सिंह की सरकार जिहड़ी भ्रिष्टाचार के खिलाफ लोगों नूं ऐलान करके आई सी, अज उहदे MLA उहदे अधिकारी इस तरह के गुंडे टैक्स के शामिल ने। रोपड़ की एक खबर है कि उत्थे वड्डे पद्धर से गुंडा टैक्स लाया जा रहा, रेता बजरी का कोई टिप्पर ट्रैक्टर ट्राली बिना टैक्स तो लंघन नहीं दी जा रही। ये वो टैक्स आ जिहड़ा सरकारां दे घरां च नहीं जाता, ये जिहड़ा डाढ़ियां दे घरां च जाता है। तुहाडी किसी भी कंस्ट्रक्शन के उत्ते उन्हां दा एक जजिया टैक्स लगता है, और ये कल्ले रोपड़ च नहीं हो रहा। मैनू याद है कि जदों पठानकोट दे विच इसे तरह का रौला पिया सी, ते उदों SK कालिया जिहड़े सी SSP सी पठानकोट दे, उदों एक बड़े वधिया पत्रकार की मौत हो गई सी। इसे सिलसिले दे विच जलंधर तो पठानकोट नूं जांदिआं पंजाबीआं ने यह ऐसा किहड़ा गुनाह करता है कि सानू 4 दिन भी चैन दे नहीं मिलते? साढ़े इत्थे ट्रांसपेरेंसी वर्गा कुछ नहीं हुंदा, लोग तरले मारदे पए आ, हर चीज़ के रेट आसमानी चढ़े आ, लेकिन इन्हों का गुंडा टैक्स, इन्हों का जजिया, इन्हों के घर भरने बड़े जरूरी आ। जिहड़े भी लोग जिम्मेवार आ उन्हां नूं जे कैप्टन अमरिंदर सिंह नत्थ नहीं पाउंदे, तो असीं तो यह कहांगे कि सरकार खुद इहदे शामिल हैगी। वैसे जे पंजाब का इतिहास देखो ना जी, जदों तो 1000 तो शुरू हो जाओ जी, महमूद गजनवी आया, बड़ा चंगा सी बिल्कुल, लेकिन कहिंदे पानी तो डरदा सी। अच्छा, दरिया पार करन तो भजदा सी, जिधर दरिया आ गया अपना वैण मोड़ लैंदा सी। वैसे तो अमली भजदे होंदे पानी तो, बस भजदा जरूर सी जी। उत्तों तो गौरी आ गया। अच्छा, गौरी ने आके सीधी बड़क मारी आ लोधी वंश वालिया नूं, कहिंदा मैं उहदा पोतरा होए। अच्छा, उह कहिंदे आ जा, उहनां इक वारी भजाया, दूजी वारी टह गए जी। ਉਹਦੇ ਤੋਂ ਬਾਅਦ ਜਿਹੜੇ ਬਾਦਸ਼ਾਹ ਆਏ ਜੀ, ਉਹਨਾਂ ਨੇ ਕਿਹਾ ਅਸੀਂ ਕੋ ਬੁਰੇ ਬਣਦੇ ਹਾਂ ਜੀ, ਅਗਾਂਹ ਸੂਬੇਦਾਰ ਰੱਖ ਲਓ ਥੱਲੇ। ਅੱਛਾ, ਤੂੰ ਫਲਾਣੇ ਦਾ ਸੂਬੇਦਾਰ, ਤੂੰ ਇਹਦਾ ਸੂਬੇਦਾਰ। ਸੂਬੇਦਾਰ ਤੇ ਨਾਜ਼ਮ ਦੋ ਕਿਸਮ ਦੇ ਲੋਕ ਸੀ। ਇਹ ਪਰੰਪਰਾ ਉਦੋਂ ਸ਼ੁਰੂ ਹੋਈ, ਇਹ ਉਦੋਂ ਦੀ ਪਰੰਪਰਾ ਸ਼ੁਰੂ ਹੋਈ ਆ ਜੀ, ਅੱਜ ਤੱਕ ਚੱਲੀ ਜਾਂਦੀ। ਅੱਜ ਤੱਕ ਜਿਹੜਾ ਤੁਸੀਂ ਲਫ਼ਜ਼ ਗੁੰਡਾ ਵਰਤਿਆ ਨਾ, ਇਹ ਮਤ ਸੋਚੋ ਕਿ ਜਿਹੜੇ ਲੋਕ ਕਹਿ ਰਹੇ ਕਾਂਗਰਸ ਆ ਗਈ, ਨਹੀਂ ਜੀ, ਇਹ ਪਹਿਲਿਆਂ ਦੇ ਪੋਤਰੇ ਆ ਗਏ। ਓਹੋ, ਲੇਕਿਨ ਲੋਕਾਂ ਦਾ ਕੀ ਕਸੂਰ ਆ ਵੀ ਜਿਹੜਾ ਜੈਨੂਇਨ ਟੈਕਸ ਵੀ ਦੇਣ ਜੀ, ਤੇ ਫਿਰ ਇਹ ਵੀ ਟੈਕਸ ਦੇ? ਲੋਕਾਂ ਦਾ ਤਾਂ ਫਿਰ ਕਸੂਰ ਤੇ ਕੋਈ ਨਹੀਂ, ਲੋਕ ਫਿਰ ਉਹੀ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਵਾਲੀ ਗੱਲ ਫੜ ਲੈਣ। ਨਹੀਂ, ਜੇ ਹੁਣ ਇੱਕ RTI ਵਾਲਾ ਜਿਹੜਾ RTI ਦਾ ਜਿਹੜਾ ਸੱਜਣ ਆ ਜੀ, ਉਹਨੇ ਇੱਕ ਉਹਨੂੰ ਕਾਰਵਾਈ ਸਾਹਮਣੇ ਲਿਆਂਦੀ ਆ ਜੀ ਜੀ। ਸੇਲ ਟੈਕਸ ਦੀ ਬਿਲਡਿੰਗ ਹੈ ਜੀ, ਪੁਲਿਸ ਵਾਲਿਆਂ ਨੇ ਨਾਲ ਪਨਾਹ ਦਿੱਤੀ ਹੈ ਕਿ ਕੋਈ ਡਰ ਨਹੀਂ, ਅਸੀਂ ਖੜੇ ਹਾਂ ਜੀ, ਕਿਉਂਕਿ ਵਰਦੀ ਦੇ ਕੇ ਹਰ ਗੱਡੀ ਰੁਕਦੀ ਹੈ। ਪਰ ਕਿਆ ਕਮਾਲ ਹੈ ਕਿ ਇੱਕ ਕਿਊਸਿਕ ਫੁੱਟ ਜੀ 4 ਰੁਪਏ ਦੇ ਹਿਸਾਬ ਨਾਲ, ਮਤਲਬ ਆਮ ਤੌਰ ਤੇ ਟਰਾਲੀ ਵਾਲੇ ਨੂੰ 1000 ਰੁਪਇਆ ਦੇਣਾ ਪੈਂਦਾ, 800 ਰੁਪਇਆ ਦੇਣਾ ਪੈਂਦਾ ਬਿਲਕੁਲ। ਔਰ ਸੋਚ ਕੇ ਦੇਖੋ ਕਿ ਉਹ ਪੈਸਾ ਪੈਂਦਾ ਕਿਹਨਾਂ ਨੂੰ ਆ, ਜਿਹੜੇ ਇਸ ਕਸਬ ਦੇ ਵਿੱਚ ਇਸ ਕਿੱਤੇ 'ਚ ਲੱਗੇ ਆ ਕਿ ਰੇਤਾ ਢੋਣ ਦਾ ਕੰਮ ਕਰਦੇ ਆ, ਕ੍ਰਸ਼ਰ ਵਾਲੇ ਆ ਜੀ, ਉਹਨਾਂ ਦਾ ਕੁਛ ਨਹੀਂ ਜਾਂਦਾ, ਉਹ ਤਾਂ ਐਡ ਆਨ ਕਰ ਦਿੰਦੇ ਆ ਜਿਹੜਾ ਅੱਗੇ ਜਿਹਦੀ ਘਰ ਬਣਦਾ, ਜਿੱਦਾਂ ਕੋਈ ਕੰਸਟਰਕਸ਼ਨ ਚੱਲਦੀ ਹੈ, ਅਤੇ ਫਿਰ ਹਮਾਤੜ 'ਤੇ ਪੈਂਦਾ ਬੋਝ। ਰੰਧਾਵਾ ਸਾਹਿਬ, ਅਗਰ ਕਿਤੇ ਇਸ ਸਾਡੀ ਗੱਲ ਨੂੰ ਟਰਾਂਸਪੋਰਟ ਮੰਤਰੀ ਸੁਣਦਾ ਹੋਵੇ ਕੋਈ ਜੀ, ਜਾਂ ਕੋਈ ਇਨਕਮ ਟੈਕਸ ਦਾ ਸੀਨੀਅਰ ਅਧਿਕਾਰੀ ਸੁਣਦਾ ਹੋਵੇ, ਤੇ ਜਾਓ ਜਿਹੜੀਆਂ ਟਰਾਂਸਪੋਰਟ, ਟਰੱਕ ਟਰਾਂਸਪੋਰਟ, ਟੈਂਪੂ ਟਰੈਵਲਰ ਚੱਲਦੇ ਨੇ ਜੀ, ਉਹਨਾਂ ਦੇ ਕਦੇ ਖਾਤੇ ਖੋਲ ਕੇ ਵੇਖੋ। ਅੱਛਾ, ਹਰ ਡਰਾਈਵਰ ਦੀ ਖਾਤੇ 'ਚ ਲਿਖਿਆ ਹੁੰਦਾ, ਉਹਦੀ ਕਾਪੀ 'ਚ ਜੀ, ਜਨਾਬ ਇੰਨਾ ਕਿਰਾਇਆ ਜੀ, ਇੰਨੀ ਚੁੰਗੀ, ਇੰਨਾ ਫਲਾਨੇ ਨਾਕੇ 'ਤੇ ਜੀ, ਇੰਨਾ ਇਸ ਨਾਕੇ 'ਤੇ, ਆ ਜੀ ਸਪੈਸ਼ਲ ਵੱਜ ਗਿਆ ਸੀ RTO ਰਾਹ 'ਚ। ਅੱਛਾ, ਕਈਆਂ ਨੇ ਲਿਖਿਆ ਤਾਂ ਭੌਂਕਾ ਵੱਜ ਗਿਆ ਸੀ, ਓਕੇ, ਵੱਖੋ ਵੱਖਰੇ ਪਾਸਵਰਡ ਹੈ ਜੀ, ਉਹ ਕਦੀ ਖੋਲ੍ਹ ਕੇ ਤਾਂ ਦੇਖੋ, ਕਿਰਾਇਆ ਇੰਨਾ ਨਹੀਂ ਸਮਾਨ ਦਾ ਜਿੰਨਾ ਗੁੰਡਾ ਟੈਕਸ ਲੱਗਦਾ ਪਿਆ। ਜਿੰਨੇ ਦਾਅਵੇ ਨੇ ਕਿ ਪੰਜਾਬ ਜਿਹੜਾ ਸੋਨੇ ਦੀ ਚਿੜੀ, ਕਦੇ ਭਾਰਤ ਸੋਨੇ ਦੀ ਚੁੜੀ, ਕਦੇ ਕਦੇ ਇਹਨੂੰ ਕੈਲੀਫੋਰਨੀਆ ਬਣਾ ਦਿਆਂਗੇ, ਕਦੇ ਪੈਰਿਸ ਬਣਾ ਦਿਆਂਗੇ, ਉਹ ਤੁਸੀਂ ਤਾਂ ਨਰਕ ਬਣਾ ਤਾ, ਕਦੇ ਸੋਚ ਕੇ ਦੇਖਿਓ। ਤੁਹਾਡੇ ਪੁੱਤ ਪੋਤਰੇ ਵੀ ਇੱਥੇ ਵਸਣੇ ਨੇ, ਜੇ ਨਹੀਂ ਵਸਣੇ ਤੇ ਫਿਰ ਵੀ ਕੋਈ ਨਾ ਕੋਈ ਰਿਸ਼ਤੇਦਾਰ ਸੱਜਣ ਮਿੱਤਰ ਤੇ ਵਸਣੇ ਨੇ ਜੀ। ਜੇ ਤੁਹਾਡੇ ਹੱਥ 'ਚ ਰੱਬ ਨੇ ਸੱਤਾ ਦਿੱਤੀ ਹੈ, ਪਾਵਰ ਦਿੱਤੀ ਹੈ, ਤੇ ਘੱਟੋ ਘੱਟ ਰੱਬ ਦਾ ਖੌਫ ਖਾ ਲਓ। ਜਿਹੜੇ ਲੋਕ ਇਹੋ ਜਿਹੇ ਧੰਦਿਆਂ 'ਚ ਲੱਗੇ ਆ, ਕੀ ਉਹਨਾਂ ਦੇ ਜੂੰਡੇ ਨਹੀਂ ਮਰੋ ਕਰ ਸਕਦੇ ਤੁਸੀਂ? ਜੇ ਤੁਸੀਂ ਲੋਕਾਂ ਦਾ ਦੇਖਣਾ ਚਾਹੁੰਦੇ ਹੋ, ਲੋਕਾਂ ਦੇ ਅੰਦਰ ਜਜ਼ਬਾ ਦੇਖਣਾ ਚਾਹੁੰਦੇ, ਜਿਉਣ ਦਾ ਜਜ਼ਬਾ ਦੇਖਣਾ ਚਾਹੁੰਦੇ ਹੋ, ਤੇ ਜਾਓ ਹੜਾਂ ਦੇ ਇਲਾਕਿਆਂ 'ਚ ਚਲੇ ਜਾਓ। ਨਹੀਂ ਸਰ, ਇੱਥੇ ਲੋਕ ਦੂਸਰੇ ਨੂੰ ਜਿਉਂਦਾ ਰੱਖਣ ਲਈ ਪੰਜਾਬੀ ਜਿਹੜੇ ਨੇ ਆਪ ਪਾਣੀ 'ਚ ਵੜੇ ਹੋਏ ਨੇ। ਸਰਦਾਰ ਜੀ, ਜਿਉਣ ਦਾ ਜਜ਼ਬਾ ਤਾਂ ਇੱਥੋਂ ਹੀ ਦੇਖ ਲਓ ਹਾਂ, ਕਿ ਅੰਨੀ ਲੁੱਟ ਬਿਲਕੁਲ ਹਰ ਪਾਸੇ,
खून नचोड़ी जाते हैं फिर भी लोग जी जाते हैं इस तो वड्डा पंजाबियों का जज्बा होर की होवे फिर तुहानू वोटां पाई जाते हैं और फिर तुसी कहंदे हो कि सानू दसम पातशाह दी बख्शिश है अकालियां ने असी राजे हुंदे आ अकालियां ने अत करती सी जी अकालियां ने अत करती सी इसे मामले दी मैनू याद है कोई नहर कोई कसई टोबा सूआ कोई दरिया ऐसा नहीं सी जिथे इन्हां ने वो ठेके नहीं सी दित्ते वो ठेके किहड़े सी तुसी सरकारी रिकॉर्ड च जांदे सी वो किसे दे नां ठेका नहीं सी बोलदा लेकिन हर नहर दे हर हेडवर्क्स दे उत्ते इन्हां दे बंदे जिहड़े बैठे सीगे आ साडे सक्की आई नाले वाली ਉਹਦੇ ਨੁੱਕਰ ਦੇ ਉੱਤੇ ਤੱਪੜ ਜਿਹਾ ਲਾ ਕੇ ਬੈਠੇ ਹੁੰਦੇ ਸੀਗੇ ਜੀ ਜੀ ਦੇਖਣ ਨੂੰ ਕੁਛ ਨਹੀਂ ਹੈ ਬਿਲਕੁਲ ਉਧਰੋਂ ਟਰੱਕ ਜਾਂ ਟਰਾਲੀ ਆਇਆ ਨਹੀਂ ਜੋ ਉਧਰੋਂ ਬਾਹਰ ਨਿਕਲ ਆਉਂਦਾ ਸੀ ਉਹ ਹੱਥ ਜੱਦੀ ਕੇ ਬੇਸਬਾਲ ਫੜ ਕੇ ਜੀ ਲੇਕਿਨ ਕੀ ਇਹ ਸਾਰਾ ਕੁਛ ਜਿਹੜਾ ਹੈ ਜੇ ਸਰਕਾਰਾਂ ਦੀ ਸਹਿਮਤੀ ਨਾਲ ਹੋ ਰਿਹਾ ਤੇ ਫਿਰ ਸਰਕਾਰਾਂ ਆਪਣੇ ਆਪ ਨੂੰ ਦੁੱਧ ਧੋਤਾ ਕਿੱਦਾਂ ਖਵਾ ਸਕਦੀਆਂ ਜੇ ਹਲਕੇ ਦੇ MLA ਤੋਂ ਬਿਨਾਂ ਹੋ ਰਿਹਾ ਤੇ ਕੀ ਕੋਈ ਪੁਲਿਸ ਅਫਸਰ ਕਰਾ ਰਿਹਾ ਤੇ ਜੇ ਕੋਈ ਪੁਲਿਸ ਅਫਸਰ ਨਹੀਂ ਕਰਾ ਰਿਹਾ ਤੇ ਕੀ ਹੁਣ ਪੰਜਾਬ ਦੇ ਵਿੱਚ ਗੁੰਡਾਗਰਦੀ ਦਾ ਸਿੱਧਾ ਰਾਜ ਆਖਿਰਕਾਰ ਰੰਧਾਵਾ ਜੀ ਜੇ ਪੁਲਿਸ ਵਾਲਿਆਂ ਨੇ ਨਾਲ ਬੈਠਣ ਦੀ ਥਾਂ ਦਿੱਤੀ ਆ ਜੀ ਤੇ ਪੁਲਿਸ ਵਾਲਿਆਂ ਦੇ ਵੈਸੇ ਲਾਗੇ ਖੜੇ ਹੋ ਜਾਓ ਤੇ ਉਹ ਕਹਿੰਦੇ ਪਰੇ ਹੋ ਕੇ ਮਰ ਸਾਡੇ ਉੱਤੇ ਨਾ ਡਿੱਗੀ ਜੀ ਉਹ ਸਾਫ਼ ਕਹਿੰਦੇ ਨੇ ਕਿ ਪਰੇ ਹੋ ਜੀ ਕਿਉਂਕਿ ਕਈਆਂ ਦੇ ਕੋਲੋਂ ਸ਼ਰਾਬ ਦੀ ਬੋਹ ਤੇ ਕਈਆਂ ਦੇ ਕੋਲੋਂ ਨਸ਼ੇ ਦੀ ਬੋਹ ਉਹ ਕਹਿੰਦੇ ਪਰੇ ਹੋ ਗਏ ਆ ਤੇ ਇਹਨਾਂ ਨੂੰ ਕਿੱਦਾਂ ਜਗ੍ਹਾ ਦਿੱਤੀ ਸੀ ਉਹਨਾਂ ਬੋਹਣ ਲਈ ਲੇਕਿਨ ਸਰਦਾਰ ਸਾਹਿਬ ਇੱਕ ਸਵਾਲ ਇਹ ਵੀ ਉੱਠਦਾ ਜੀ ਕਿ ਅੱਜ ਕੱਲ੍ਹ ਦਾ ਮੀਡੀਆ ਦਾ ਯੁੱਗ ਆ ਜੀ ਸੋਸ਼ਲ ਮੀਡੀਆ ਦਾ ਯੁੱਗ ਆ ਤੁਹਾਨੂੰ ਲੱਗਦਾ ਕਿ ਕੋਈ ਪੁਲਿਸ ਵਾਲਾ ਬਿਨਾਂ ਕਿਸੇ ਸਰਪ੍ਰਸਤੀ ਤੋਂ ਐਸੀ ਯੁਰਤ ਕਰ ਸਕਦਾ ਨਾ ਕੋਈ ਮੈਨੂੰ ਪਤਾ ਹੈ ਪੁਲਿਸ ਆਫੀਸਰ ਇਹ ਮਹਿਸੂਸ ਕਰਦੇ ਆ ਕਿ ਅੱਜ ਕੱਲ੍ਹ ਡਿਊਟੀ ਕਰਨੀ ਬਹੁਤ ਔਖੀ ਹੋ ਗਈ ਬਿਲਕੁਲ ਲੋਕ ਬਿਲਕੁਲ ਨਹੀਂ ਮੰਨਦੇ ਔਰ ਲੋਕ ਜ਼ਿੰਮੇਵਾਰੀ ਨਾਲ ਡਿਊਟੀ ਕਰਦਿਆਂ ਦੇ ਵੀ ਗਲ ਪੈਂਦੇ ਆ ਜੀ ਲੇਕਿਨ ਜੇਕਰ ਕਿਸੇ ਪੁਲਿਸ ਵਾਲੇ ਨੂੰ ਜਾਂ ਕਿਸੇ ਨਾਕੇ ਵਾਲੀ ਜਗ੍ਹਾ ਦੇ ਉੱਤੇ ਪਿੱਛੋਂ ਕਿਸੇ ਨੇ ਕਹਿ ਕੇ ਕਰਵਾਇਆ ਤੁਹਾਨੂੰ ਯਾਦ ਹੈ ਸੰਦੋਆ ਜਿਹੜਾ ਉੱਥੇ ਅਮਰਜੀਤ ਸੰਦੋਆ ਸੀ ਉਹਦੇ ਨਾਲ ਕਿਸੇ ਦਾ ਸਿਆਪਾ ਪੈ ਗਿਆ ਸੀ ਜੀ ਪਿਛਲੀ ਵਾਰੀ ਜਦੋਂ ਪੱਗ ਲੈ ਗਈ ਸੀ ਸੰਦੋਆ ਦੀ ਹਾਂਜੀ ਯਾਦ ਹੈ ਨਾ ਹਾਂਜੀ ਹਾਂਜੀ ਕਿੰਨਾ ਰੌਲਾ ਪਿਆ ਸੀ ਸੋਸ਼ਲ ਮੀਡੀਆ ਤੇ ਜਿਹਨੇ ਲਾਈ ਸੀ ਉਹਨੇ ਰੌਲਾ ਰੱਪਾ ਪਾਇਆ ਕਿ ਹਿੱਸਾ ਮੰਗਦਾ ਸੀ ਜੀ ਜੇ ਉਹ ਇਹ ਇਲਾਕਾ ਹੈ ਸੰਦੋਆ ਸਾਹਿਬ ਦਾ ਤੇ ਫਿਰ ਉਦੋਂ ਉਹਨਾਂ ਨੇ ਬਹੁਤ ਜ਼ੋਰਦਾਰ ਤਰੀਕੇ ਨਾਲ ਕਿਹਾ ਸੀਗਾ ਕਿ ਮੈਂ ਇਹੋ ਜਿਹੇ ਕੰਮਾਂ 'ਚ ਸ਼ਾਮਲ ਨਹੀਂ ਲੇਕਿਨ ਜੇ ਉਸ ਏਰੀਏ ਦਾ ਇਹ MLA ਆ ਜਿੱਥੇ ਇਹ ਨਿਊਜ਼ ਹੈ ਜਿੱਥੋਂ ਦੀ ਇਹ ਖਬਰ ਹੈ ਤੇ ਫਿਰ ਉਹਦੀ ਜ਼ਿੰਮੇਵਾਰੀ ਬਣਦੀ ਆ ਕਿ ਹੁਣ ਸਪਸ਼ਟੀਕਰਨ ਫਿਰ ਦੇਵੇ ਲੇਕਿਨ ਜੇ ਉਹਦਾ ਹਲਕੇ ਦੀ ਨਹੀਂ ਤੇ ਜਿਹੜਾ MLA ਆ ਉਹ ਦੱਸੇ ਕਿ ਇਹ ਕੌਣ ਕਰਵਾ ਰਿਹਾ ਜਦੋਂ ਕੁਲਬੀਰ ਜੀਰੇ ਨੇ ਕੱਲ੍ਹ ਪਰਸੋਂ ਰੌਲਾ ਪਾਇਆ ਮਾਈਨਿੰਗ ਦਾ ਨਜਾਇਜ਼ ਮਾਈਨਿੰਗ ਦਾ ਤੇ ਲੋਕਾਂ ਨੇ ਸਵਾਲ ਕੀਤਾ ਕਹਿੰਦੇ ਤਿੰਨ ਸਾਲ ਐਵੇਂ ਬੈਠਾ ਰਹੇ ਚੁੱਪ ਕਰਕੇ ਸਵਾਲ ਹੀ ਹੁਣ ਸਮਝਣਾ ਬੰਦ ਹੋ ਗਿਆ ਬਿਲਕੁਲ ਲੋਕ ਇਸ ਵੇਲੇ ਮੂੰਹ ਤੇ ਗੱਲ ਮਾਰਦੇ ਪਏ ਨੇ ਜੀ ਲੇਕਿਨ ਸ਼ਰਮ ਜਿਹੜੀ ਆ ਉਹ ਇਹ ਆ ਕਿ ਅਜੇ ਤੱਕ ਅਖਬਾਰ ਨੇ ਖਬਰ ਲਾਤੀ ਆ ਲੇਕਿਨ ਅਜੇ ਤੱਕ ਕੋਈ ਸਰਕਾਰੀ ਅਧਿਕਾਰੀ ਜਾਂ ਕਿਸੇ ਸਰਕਾਰੀ ਮਹਿਕਮੇ ਨੇ ਜਾਂ ਸਿੱਧਾ ਸਰਕਾਰ ਨੇ ਇਹਦੇ ਬਾਰੇ ਕੋਈ ਨੋਟਿਸ ਨਹੀਂ ਲਿਆ ਅਜੇ ਤੱਕ ਨਹੀਂ ਸਰਕਾਰਾਂ ਚੁੱਪ ਜਿਹੜੀ ਚੁੱਪ ਹੁੰਦੀ ਆ ਨਾ ਜੀ ਮੁਜ਼ਰਮਾਨਾ ਚੁੱਪ ਸਭ ਤੋਂ ਖੂਬਸੂਰਤ ਹੁੰਦੀ ਮੁਜ਼ਰਮਾਨਾ ਚੁੱਪ ਮੁਜ਼ਰਮਾਨਾ ਕਹਿ ਲਓ ਜੀ ਜਾਂ ਸਾਜ਼ਿਸ਼ੀ ਚੁੱਪ ਕਹਿ ਲਓ ਨਹੀਂ ਸਾਜ਼ਿਸ਼ ਹੋਰ ਚੀਜ਼ ਹੈ ਸਾਜ਼ਿਸ਼ੀ ਤੇ ਹੈ ਵੀ ਇਹ ਦੇਖਣਾ ਹੈ ਮੁਜ਼ਰਮਾਨਾ ਕਿ ਤੁਹਾਨੂੰ ਸਭ ਕੁਝ ਪਤਾ ਹੈ ਫਿਰ ਵੀ ਨਹੀਂ ਬੋਲ ਰਹੇ ਤੁਸੀਂ ਨਹੀਂ ਬੋਲਣਾ ਹਾਲਾਂਕਿ ਤੁਹਾਡੀ ਬੋਲਣ ਦੀ ਡਿਊਟੀ ਆ ਜੇ ਤੁਸੀਂ ਨਹੀਂ ਬੋਲਦੇ ਤੇ ਫਿਰ ਮੇਰੀ ਅਗਲੀ ਨਾਲ ਚੀਜ਼ ਜੁੜ ਜਾਂਦੀ ਆ ਜੀ ਕਿ ਕੀ ਜਦੋਂ 5 MLA ਅਸਤੀਫਾ ਦੇ ਕੇ ਬੈਠੇ ਆ ਜੀ ਉਹਨਾਂ ਦਾ ਅਸਤੀਫਾ ਪ੍ਰਵਾਨ ਨਹੀਂ ਹੋ ਰਿਹਾ ਜੀ ਇਹਦਾ ਮਤਲਬ ਹੈ ਕਿ ਸਰਕਾਰ ਡਰਦੀ ਆ ਲੋਕਾਂ 'ਚ ਜਾਣ ਤੋਂ ਇਹਨੂੰ ਕਹਿੰਦੇ ਆ ਕਿ ਉਸ ਚੁੱਪ ਦੇ ਪਿੱਛੇ ਦੇ ਡਰ ਕਿ ਜਿਸ ਤਰ੍ਹਾਂ 2.5 ਸਾਲ ਲੰਘੇ ਆ ਕੀ ਜਦੋਂ ਹੁਣ 4 ਹਲਕੇ ਬਿਲਕੁਲ ਖਾਲੀ ਹੋ ਗਿਆ ਜਿਨ੍ਹਾਂ ਦੇ ਵਿੱਚ ਖੈਰੇਵਾਲ ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲੀ ਗੱਲ ਹੈਗੀ ਆ ਜਿਹੜੀ ਹੁਣ ਡੈਥ ਹੋਈ ਆ ਜੀ ਰਜਨੀਸ਼ ਕੁਮਾਰ ਬੱਬੀ ਜਿਹੜੇ ਮਕੇਰੀਆਂ ਹਲਕਾ ਹੈ ਦੂਜਾ ਜਿਹੜਾ ਹੈ 2 MLA ਜਿਹੜੇ MP ਬਣ ਗਏ ਜੀ ਸੁਖਬੀਰ ਔਰ ਫਗਵਾੜੇ ਵਾਲੇ ਸੋਮ ਪ੍ਰਕਾਸ਼ ਜੀ ਔਰ ਫੂਲਕਾ ਸਾਹਿਬ ਨੇ ਸੁਪਰੀਮ ਕੋਰਟ ਦੀ ਧਮਕੀ ਦੇ ਕੇ ਕਰਾ ਲਿਆ ਅਸਤੀਫਾ ਪ੍ਰਵਾਨ ਕਰ ਹੈ 4 ਤੇ ਉਹ ਹਲਕੇ ਹੋ ਗਏ ਜੀ ਉਹਨਾਂ 'ਚ ਤੇ ਕਰਾਉਣੀ ਪੈਣੀ ਹੈ ਮਜਬੂਰੀ ਹੈ ਬਿਲਕੁਲ ਲੇਕਿਨ 5ਵਾਂ ਬਲਦੇਵ ਜੈਤੋਂ ਵਾਲਾ ਮਾਸਟਰ ਬਲਦੇਵ ਜੀ 6ਵਾਂ ਖੈਰੇ ਨੇ ਅਸਤੀਫਾ ਦਿੱਤਾ ਪ੍ਰਵਾਨ ਨਹੀਂ ਕਰ ਰਹੇ ਉਹ ਕਹਿੰਦਾ ਮੈਂ ਉਦੋਂ ਤੱਕ ਤਨਖਾਹਾਂ ਲਊਂਗਾ ਜੀ ਔਰ 7ਵਾਂ ਨਾਜ਼ਰ ਸਿੰਘ ਮਾਨਸ਼ਾਹੀ ਆ ਜੀ ਤੇ 5ਵਾਂ ਸੰਦੋਆ ਉਹ ਗਏ ਨਹੀਂ ਉਹਨਾਂ ਨੂੰ 17 ਅਗਸਤ ਨੂੰ ਸੱਦਿਆ ਉਹ ਗਏ ਨਹੀਂ ਤੇ ਫਿਰ ਸਪੀਕਰ ਕਾਰਵਾਈ ਕਰੇ ਲੇਕਿਨ ਸਾਡਾ ਸਵਾਲ ਤੇ ਆ ਕਿ ਜਦੋਂ ਮਈ ਤੋਂ ਚੋਣਾਂ ਹੋ ਚੁੱਕੀਆਂ ਨੇ ਤੁਸੀਂ 4-4 ਮਹੀਨੇ ਦੀਆਂ ਕਾਹਦੀਆਂ ਤਨਖਾਹਾਂ ਦੇ ਰਹੇ ਹੋ ਇਹਨਾਂ ਨੂੰ ਮੈਂ ਉਸ ਗੱਲ ਨੂੰ ਆਪਾਂ ਛੱਡ ਦਈਏ ਸਰਦਾਰ ਸਾਹਿਬ ਇੱਕ ਪਲ ਲਈ ਇਹ ਸੋਚੋ ਕਿ ਜਿਹੜੀ ਸਰਕਾਰ ਇਹ ਗੁੰਡਾ ਟੈਕਸ ਵਰਗੇ ਜਾਂ ਬਾਕੀ ਮਸਲਿਆਂ ਤੇ ਚੁੱਪ ਕਰਕੇ ਬੈਠੀ ਆ ਬਿਲਕੁਲ ਇਹਨੂੰ ਲੱਗਦਾ ਹੈ ਕਿ ਜੇ ਅਸੀਂ ਇਸ ਤਰ੍ਹਾਂ ਦੇ 8-9 ਹਲਕਿਆਂ ਦੇ ਵਿੱਚ ਇੱਕੋ ਵਾਰੀ ਵੋਟਾਂ ਕਰਾਉਂਦੇ ਹਾਂ ਤੇ ਫਿਰ ਤੁਹਾਨੂੰ ਲੱਗਦਾ ਹੈ ਕਿ ਇਹ ਸਾਰੇ ਹਲਕੇ ਜਿਤਨੇ ਸਰਕਾਰੀ ਡੰਡੇ ਦੇ ਜ਼ੋਰ ਨਾਲ ਵੀ ਔਖੇ ਆ ਨਹੀਂ ਤੇ ਫਿਰ ਜਿਤਨੇ ਤੇ ਇਹਨਾਂ ਨੇ ਇੱਦਾਂ ਦੀਆਂ
जितने तो फिर इदा ही है देख लियो तुहानू इंडीकेशन मिल जानी है जी। जदों उधरों चोण कमीशन ने तरीका एलानणियां नहीं है जी। ते इन्होंने पहला ही एस एस पी ने आपो अपने हल्के धड़ाधड़ एस आई सब इंस्पैक्टर बदलने शुरू कर देने हैं। बिल्कुल ਉਹਦਾ ਕਾਰਨ ਕਿ ਅੰਦਰ ਖਾਤੇ ਪਤਾ ਲੱਗ ਜਾਂਦਾ ਵੀ ਕੰਮ ਹੋਣ ਲੱਗਾ ਤੇ ਆਪੋ ਆਪਣੇ ਬੰਦੇ ਐਡਜਸਟ ਕਰ ਲਓ ਜਿਨ੍ਹਾਂ ਨੇ ਵੋਟਾਂ ਪਾਉਣੀਆਂ ਹੁਣ। ਲੇਕਿਨ ਸਾਡੇ ਵੀ ਲੋਕ ਕਿੱਡੇ ਹੀਣੇ ਆ ਨਾ, ਸਾਡੇ ਵੀ ਲੋਕ ਇਹ ਨਹੀਂ ਮਹਿਸੂਸ ਕਰਦੇ ਕਿ ਇਸ ਜਿਹੜੀ ਵੀ ਸਰਕਾਰ ਆ ਜੇ ਚੰਗਾ ਕੰਮ ਕਰ ਰਹੀ ਹੈ ਤਾਂ ਧੜੱਲੇ ਨਾਲ ਵੋਟ ਪਾ ਦਿਓ। ਬਿਲਕੁਲ ਤੁਹਾਨੂੰ ਲੱਗਦਾ ਹੈ ਕਿ ਜਿਸ ਸਰਕਾਰ ਨੇ ਤੁਹਾਨੂੰ ਕੁਝ ਬਹੁਤ ਸਹੂਲਤਾਂ ਦਿੱਤੀਆਂ, ਟ੍ਰਾਂਸਪੇਰੈਂਸੀ ਦਿੱਤੀ ਆ, ਕੁਝ ਮਾੜਾ ਕੰਮ ਨਹੀਂ ਹੋਣ ਦਿੱਤਾ, ਇੱਥੇ ਕ੍ਰਾਈਮ ਘਟਾਤਾ ਵਾ, ਤੁਹਾਨੂੰ ਰੁਜ਼ਗਾਰ ਮਿਲ ਗਿਆ, ਠੀਕ ਹੈ ਵੋਟਾਂ ਪਾ ਦਿਓ। ਪਰ ਜੇਕਰ ਸਰਕਾਰ ਬਿਨਾਂ ਕੰਮ ਕੀਤਿਆਂ ਤੁਹਾਡੇ ਦਰਵਾਜ਼ੇ ਤੇ ਫਿਰ ਵੋਟ ਲੈਣ ਆਉਂਦੀ ਆ ਜੀ, ਤੇ ਘੱਟੋ ਘੱਟ ਅਹਿਸਾਸ ਤੇ ਕਰਾਓ ਕਿ ਪਹਿਲਾਂ ਕੰਮ ਕਰਕੇ ਦਿਖਾਓ। ਸੋ ਮੈਨੂੰ ਲੱਗਦਾ ਹੈ ਕਿ ਜਿਹੜੇ ਇਹ ਖੈਰੇ ਹੁਣਾਂ ਦਾ, ਮਾਨਸ਼ਾਹੀਆ ਦਾ, ਸੰਦੋਵਾ ਦਾ ਔਰ ਜਿਹੜੇ ਬਲਦੇਵ ਸਿੰਘ ਦਾ ਅਸਤੀਫਾ ਇਸ ਕਰਕੇ ਪ੍ਰਵਾਨ ਨਹੀਂ ਕੀਤਾ ਜਾ ਰਿਹਾ ਕਿ ਜੇ ਪ੍ਰਵਾਨ ਕਰ ਲਿਆ ਤੇ ਇਲੈਕਸ਼ਨ ਲਈ ਜਾਣਾ ਪਊਗਾ। ਮਤਲਬ ਅੰਦਰਲਾ ਡਰਦਾ ਪਿਆ, ਅੰਦਰਲਾ ਡਰ ਮਾਰਦਾ ਵੀ ਪਤਾ ਨਹੀਂ ਲੋਕਾਂ ਨੇ ਕਰਨਾ ਕੀ। ਨਹੀਂ ਅੰਦਰਲਾ ਡਰ ਮਾਰਦਾ, ਕਰਨਾ ਤੇ ਲੋਕਾਂ ਨੇ ਉਹੀ ਲੋਕ ਤੇ ਘਰ ਦਾ ਰਾਹ ਦਿਖਾਉਂਦੇ ਹੁੰਦੇ ਆ। ਪਰ ਸਰਦਾਰ ਜੀ ਇੱਕ ਚੀਜ਼ ਆ ਵੀ ਜੇ ਇੱਕ ਅੱਧੇ ਹਲਕੇ ਦੇ ਵਿੱਚ ਵੋਟਾਂ ਪੈਣੀਆਂ ਹੋਣ ਜੀ ਫਿਰ ਤੇ ਸਰਕਾਰਾਂ ਐਂ ਜਿੱਤ ਜਾਂਦੀਆਂ, ਤੇ ਜੇ ਇਕੱਠੀਆਂ ਅੱਠਾਂ 'ਚ ਪੈ ਜਾਣ ਜੀ ਤੇ ਫਿਰ ਪੂਰਾ ਜ਼ੋਰ ਲੱਗਦਾ। ਮਾਲਵੇ ਦਾ ਸ਼ਬਦ ਆ, ਢੋਈ ਤੱਕ ਜ਼ੋਰ ਲਾਉਣਾ ਪੈਂਦਾ। ਨਹੀਂ ਕਰਨਾ ਤੇ ਫਿਰ ਉਹ ਕੁਝ ਕਰਨਾ ਤੇ ਪੈਣਾ ਹੀ ਆ, ਇੱਕ 'ਚ ਵੀ ਕਰਨਾ, ਚੌਂ 'ਚ ਵੀ ਕਰਨਾ। ਲੇਕਿਨ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਹ ਜੇ ਡਰ ਛੱਡਣੇ ਆ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜਿੰਨੇ ਵੀ ਗਲਤ ਕੰਮ ਹੋ ਰਹੇ ਆ ਬਿਲਕੁਲ ਉਹਨਾਂ ਨੂੰ ਨੱਥ ਪਾਵੇ ਔਰ ਆਪਣੇ ਆਪ ਨੂੰ ਕਰਕੇ ਕੁਛ ਦਿਖਾਵੇ। ਇੱਕ ਅਹਿਮ ਮੁੱਦਾ ਜਿਹੜਾ ਆਪਾਂ ਛੱਡ ਨਹੀਂ ਸਕਦੇ ਔਰ ਬਹੁਤ ਅਹਿਮ ਹੈਗਾ, ਔਰ ਇਹ ਇੱਕ ਖਬਰ ਹੈ ਟ੍ਰਿਬਿਊਨ ਦੀ ਜਿਹਦੇ ਵਿੱਚ ਇਹ ਬਹੁਤ ਕਲੀਅਰ ਕਿਹਾ ਗਿਆ ਕਿ ਜਿਹੜਾ ਪੰਜਾਬ ਦਾ ਪਾਣੀਆਂ ਦਾ ਮੁੱਦਾ ਜਿਹਨੇ ਚਰਚਾ 'ਚ ਜਿਹਨੇ 3 ਤਰੀਕ ਨੂੰ ਸੁਣਵਾਈ ਲਈ ਆਉਣਾ ਹੈ ਸੁਪਰੀਮ ਕੋਰਟ ਦੇ ਵਿੱਚ ਲਿਸਟਡ ਆ, 3 ਤਰੀਕ ਉਹਦੀ ਤਰੀਕ ਹੈਗੀ ਆ, ਉਹ ਮੁੱਦਾ ਅਹਿਮ ਮੁੱਦਾ ਹੈ। ਉਹਦੇ ਵਿੱਚ ਇੱਕ ਸੰਕੇਤ ਮਾਤਰ ਕੀਤਾ ਗਿਆ ਕਿ ਇਸ ਮੁੱਦੇ ਤੇ ਜਿਹੜਾ ਕੈਪਟਨ ਅਮਰਿੰਦਰ ਸਿੰਘ 2004 ਦੇ ਵਿੱਚ ਪਾਣੀਆਂ ਸੰਬੰਧੀ ਬਿੱਲ ਲੈ ਕੇ ਆਉਂਦੇ ਆ ਉਸ ਬਿੱਲ ਨੂੰ ਸੁਪਰੀਮ ਕੋਰਟ ਗੈਰ ਕਾਨੂੰਨੀ ਮੰਨ ਚੁੱਕਿਆ। ਔਰ ਦੂਜੀ ਗੱਲ ਇਹ ਹੈ ਕਿ ਬਹੁਤ ਕਲੀਅਰ ਹੈ ਕਿ ਜਿਹੜਾ ਜਲ ਮੰਤਰਾਲਾ ਉਹ ਇਸ ਤੋਂ ਪਹਿਲਾਂ ਇੱਕ ਹੋਰ ਗੱਲ ਕਹਿ ਚੁੱਕਿਆ ਕਿ ਹਾਂਸੀ ਬਟਾਣਾ ਜਿਹੜੀ 109 ਕਿਲੋਮੀਟਰ ਨਹਿਰ ਬਣਨ ਵਾਲੀ ਰਹਿੰਦੀ ਹੈ, ਹਰਿਆਣੇ ਨੇ 309 ਕਰੋੜ ਰੁਪਈਆ ਲਾ ਕੇ ਨਹਿਰ ਬਣਾ ਲਈ ਹੈ, ਲੇਕਿਨ 109 ਕਿਲੋਮੀਟਰ ਜਿਹੜੀ ਆ ਬਣਨ ਵਾਲੀ ਆ ਉਹ ਦੋਵੇਂ ਰਾਜ ਬਹਿ ਕੇ ਕਰਨ। ਤੀਜੀ ਗੱਲ ਜਿਹੜੀ ਇਹਦੇ 'ਚ ਸ਼ਾਮਿਲ ਸੀ ਜਿੱਤੇ ਆਪਾਂ ਚਰਚਾ ਕਰਾਂਗੇ ਕਿ ਕੀ ਜਲ ਮੰਤਰਾਲੇ ਨੇ ਇਹ ਫਾਰਮੈਲਿਟੀ ਕਰਦਿਆਂ ਦੋਨਾਂ ਦੀਆਂ ਦੋ ਰਸਮੀ ਅਤੇ ਗੈਰ ਰਸਮੀ ਮੀਟਿੰਗਾਂ ਕਰਨ ਤੋਂ ਬਾਅਦ ਕਿਸੇ ਸਿੱਟੇ 'ਤੇ ਨਾ ਪਹੁੰਚਣ ਲਈ, ਔਰ ਦੂਜੀ ਗੱਲ ਆਪਣੀ ਗੱਲ ਕਹਿਤੀ ਵੀ ਇਹ ਗਰਮ ਮੁੱਦਾ ਸਿਰਫ ਸੁਪਰੀਮ ਕੋਰਟ ਫੈਸਲਾ ਕਰੇ। ਸੋ ਇਹ ਇੱਕ ਬਹੁਤ ਨਾਜ਼ੁਕ ਮੁੱਦਾ ਹੈ ਕਿ ਜੇ ਪਾਣੀਆਂ ਵਾਲਾ 2004 ਦਾ ਕਾਨੂੰਨ ਸੁਪਰੀਮ ਕੋਰਟ ਦੇ ਵਿੱਚ ਗੈਰ ਕਾਨੂੰਨੀ ਘੋਸ਼ਿਤ ਹੋ ਚੁੱਕਿਆ, ਮੈਨੂੰ ਨਹੀਂ ਪਤਾ ਕਦੋਂ ਹੋਇਆ, ਜੇ ਇਸ ਤਰ੍ਹਾਂ ਕੁਛ ਹੋਇਆ ਤੇ ਪੰਜਾਬ ਲਈ ਬੜਾ ਸੰਕਟ ਆਉਣ ਵਾਲਾ ਹੈ। ਇਹ ਬੜਾ ਜ਼ਰੂਰੀ ਮਸਲਾ। ਦੇਖੋ ਕਾਰਨ ਇਹ ਬੜਾ ਸਾਫ਼ ਹੈ ਜੀ ਕਿ 12 ਜੁਲਾਈ ਜੀ 2004 ਨੂੰ ਜੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵੇਲੇ ਇਹ ਪੰਜਾਬ ਟਰਮੀਨੇਸ਼ਨ ਆਫ ਐਗਰੀਮੈਂਟ ਐਕਟ ਜੀ ਪਾਸ ਹੋਇਆ ਸੀ। ਬਿਲਕੁਲ ਉਸ ਟਾਈਮ 'ਤੇ ਅਕਾਲੀ ਦਲ ਨੇ ਇਸ ਐਕਟ ਦੀ ਇੱਕ ਧਾਰਾ ਦੇ ਉੱਤੇ ਮਾਮੂਲੀ ਜਿਹਾ ਇਤਰਾਜ਼ ਜਤਾਇਆ ਸੀ, ਸ਼ਾਇਦ 5 ਜੀ ਜੀ। ਲੇਕਿਨ ਕਾਫੀ ਦੇਰ ਬਾਅਦ ਇਹ ਜ਼ਰੂਰ ਸੁਣਿਆ ਸੀਗਾ ਕਿ ਕਿਤੇ ਨਾ ਕਿਤੇ, ਕਿਉਂਕਿ ਇਹ ਐਕਟ ਸੀਗਾ, ਬਿੱਲ ਪਾਸ ਹੋਇਆ ਸੀ, ਇਸ ਬਿੱਲ ਨੂੰ ਰਾਸ਼ਟਰਪਤੀ ਦੀ ਪ੍ਰਵਾਨਗੀ ਲਈ ਜਾਣਾ ਪੈਣਾ ਸੀ ਜੀ ਜੀ। ਔਰ ਉਸ ਪ੍ਰਵਾਨਗੀ ਦੇ ਉੱਤੇ ਸ਼ਾਇਦ ਸੁਣਿਆ ਜ਼ਰੂਰ ਸੀ ਔਰ ਇਹ ਤਸਦੀਕ ਨਹੀਂ ਹੋ ਸਕਿਆ ਕਿ ਰਾਸ਼ਟਰਪਤੀ ਨੇ ਸੁਪਰੀਮ ਕੋਰਟ ਦੇ ਕੋਲੋਂ ਰਾਏ ਮੰਗੀ ਸੀ ਜੀ, ਕਿਉਂਕਿ ਸੁਪਰੀਮ ਕੋਰਟ ਜਿਹੜੀ ਆ ਉਹ 15 ਜਨਵਰੀ 2002 ਨੂੰ ਇਹ ਆਦੇਸ਼ ਦਿੰਦੀ ਹੈ ਕਿ ਤੁਸੀਂ ਇਹ SYL ਬਣਾਓ ਜੀ। ਔਰ ਸਭ ਤੋਂ ਵੱਡੀ ਅਹਿਮ ਗੱਲ ਹੈ ਕਿ ਇਹ ਜਿਹੜੀ SYL ਦਾ ਨੋਟੀਫਿਕੇਸ਼ਨ ਹੈ ਇਹ ਉਸ ਵੇਲੇ ਦੀ 24 ਸਰਕਾਰ ਜਿਹੜੀ 1976 ਦੀ ਹੈ ਉਹ 24 ਮਾਰਚ 1976 ਨੂੰ ਨੋਟੀਫਿਕੇਸ਼ਨ ਕਰਦੀ ਹੈ ਜੀ। ਜ਼ਰੂਰੀ ਹੈ ਕਿ ਇਹ ਨੋਟੀਫਿਕੇਸ਼ਨ ਜਿਹੜਾ ਆ ਇਹ ਰਾਸ਼ਟਰਪਤੀ ਦੀ ਪ੍ਰਵਾਨਗੀ ਤੋਂ ਬਾਅਦ ਹੀ ਲਾਗੂ ਹੋ ਸਕਿਆ ਹੋਏਗਾ ਜੀ। ਔਰ SYL ਦਾ ਜਿੱਥੋਂ ਤੱਕ ਦਾ ਸਵਾਲ ਆ, ਹਰਿਆਣੇ ਨੇ ਆਪਣਾ ਹਿੱਸਾ ਜਿਹੜਾ ਸੀ ਉਹ 31 ਦਸੰਬਰ 1981 ਤੱਕ ਮੁਕੰਮਲ ਕਰਤਾ ਜੀ ਜੀ। ਉਹਦੇ ਤੋਂ ਬਾਅਦ ਇੰਦਰਾ ਗਾਂਧੀ ਨੇ ਇੱਥੇ ਕਪੂਰੀ 'ਚ ਇਹ ਨੀਂਹ ਪੱਥਰ ਰੱਖਿਆ, ਟੱਕ ਲਾਇਆ ਸੀਗਾ। ਲੇਕਿਨ ਉਹਦੇ ਤੋਂ ਬਾਅਦ 1990 ਦੇ ਵਿੱਚ 88 ਦੇ ਹੜ੍ਹਾਂ ਤੋਂ ਬਾਅਦ ਜੀ ਜਦੋਂ ਹੜ੍ਹ ਦੇ ਨਾਲ ਪੰਜਾਬ ਡੁੱਬ ਗਿਆ ਜੀ, ਅਤੇ ਉਦੋਂ ਕੁਛ ਗਰਮ ਖਿਆਲੀ
ਜਿਹੜੇ ਸੀ ਬਲਵਿੰਦਰ ਸਿੰਘ ਜਟਾਣਾ ਵਰਗੇ ਲੋਕ ਸੀ ਜੀ, ਉਹਨਾਂ ਨੇ ਉਸ ਟਾਈਮ ਤੇ ਜਿਹੜਾ ਇਹ SYL ਦਾ ਕੋਈ ਚੀਫ ਇੰਜੀਨੀਅਰ ਸੀ ਜੀ, ਉਹਨੂੰ ਗੋਲੀ ਮਾਰ ਕੇ ਉਹਦੀ ਹੱਤਿਆ ਕਰਤੀ ਚੰਡੀਗੜ੍ਹ ਦੇ ਵਿੱਚ। ਅੱਛਾ, ਉਹਦੇ ਤੋਂ ਬਾਅਦ ਇਹ SYL ਜਿਹੜੀ ਆ ਉਹ ਬਣਨੀ ਬੰਦ ਹੋ ਗਈ ਸੀ। ਲੇਕਿਨ ਜੇ ਇਹ ਸਾਰਾ ਕੁਝ ਤੈਅ ਸੀ ਜੀ, ਤੈਅ ਹੋ ਚੁੱਕਾ ਸੀ, ਤੇ ਕੀ ਇਹਦਾ ਸਵਾਲ ਇਹ ਆ ਕਿ ਕੀ ਇਸ ਐਕਟ ਬਾਰੇ ਸੁਪਰੀਮ ਕੋਰਟ ਦੀ ਰਾਏ ਬਾਰੇ ਜਾਂ ਰਾਸ਼ਟਰਪਤੀ ਨੇ ਕੀ ਹੁਕਮ ਦਿੱਤਾ, ਕੀ ਇਹਦਾ ਬਾਦਲ ਸਰਕਾਰ ਨੂੰ ਕੋਈ ਇਲਮ ਸੀ? ਉਹਦਾ ਜਵਾਬ ਹੈ, ਉਹਦਾ ਜਵਾਬ ਇਹ ਆ ਕਿ 14 ਮਾਰਚ 2016 ਨੂੰ ਪ੍ਰਕਾਸ਼ ਸਿੰਘ ਬਾਦਲ ਨੇ SYL ਲਈ ਜਿੰਨੀ ਅਕਵਾਇਰ ਕੀਤੀ ਗਈ ਜ਼ਮੀਨ ਸੀ 5376 ਏਕੜ, ਉਹ ਕਿਸਾਨਾਂ ਨੂੰ ਮੋੜਤੀ, ਉਹਦੇ 'ਚੋਂ 3928 ਏਕੜ ਵਾਪਸ ਮੋੜੀ ਸੀ, ਉਹਦੀਆਂ ਗਿਰਦਾਵਰੀਆਂ ਤੱਕ ਕਰਤੀਆਂ ਗਈਆਂ, ਸਭ ਕੁਛ ਕਰ ਦਿੱਤਾ ਗਿਆ ਸੀ, ਬਕਾਇਦਾ ਮਸ਼ੀਨਾਂ ਭੇਜ ਦਿੱਤੀਆਂ ਗਈਆਂ ਸੀ ਜਾਂ ਆਪਣਾ ਪੂਰ ਦਿਓ ਵੀ ਪੂਰ ਦਿਓ ਨਹਿਰ, ਹਾਂਜੀ ਠੀਕ ਹੈ ਜੀ। 191 ਕਰੋੜ ਰੁਪਏ ਦਾ ਚੈੱਕ ਜੀ ਹਰਿਆਣਾ ਨੂੰ ਦੇ ਦਿੱਤਾ ਗਿਆ ਸੀ ਜੀ, ਬਕਾਇਦਾ ਇਹਦੀਆਂ ਤਸਵੀਰਾਂ ਨੇ, ਰਿਕਾਰਡ ਆ ਸਾਰਾ ਕੁਝ ਜੀ। ਹੁਣ ਮਸਲਾ ਇਹ ਆ ਕਿ ਜੇ ਬਾਦਲਾਂ ਨੂੰ ਇਹ ਸਾਰਾ ਕੁਝ ਪਤਾ ਸੀ ਜੀ, ਤੇ ਬਾਦਲ ਹੁਣ ਕਿਸ ਚੀਜ਼ ਤੇ ਸਿਆਸਤ ਕਰਦੇ ਪਏ ਸੀ? ਬਿਲਕੁਲ ਠੀਕ ਹੈ। ਹੁਣ ਜੋ ਕੁਝ 77 ਪੱਧਰ ਦੀ ਮੀਟਿੰਗ ਹੋਈ ਹੈ SYL ਦੇ ਉੱਤੇ, ਅਸੀਂ ਪਹਿਲਾਂ ਵੀ ਇਹ ਚਰਚਾ ਕਰ ਚੁੱਕੇ ਹਾਂ ਕਿ ਇਹ ਸਿਰਫ ਇੱਕ ਖਾਨਾ ਪੂਰਤੀ ਸੀ ਜੀ, ਕਿ ਸੁਪਰੀਮ ਕੋਰਟ ਨੂੰ ਕੀ ਜਵਾਬ ਦੇਣਾ। ਬਿਲਕੁਲ ਬਿਲਕੁਲ, ਜਿਹੜੇ 77 ਨੇ ਉਹ ਤੇ ਜਾ ਕੇ ਇਹੋ ਹੀ ਕਹਿਣਗੇ ਜੀ ਕਿ ਆਪਦਾ ਹੁਕਮ ਮਿਲਿਆ ਜੀ, ਲੇਕਿਨ ਫਲਾਣੇ ਮੁੱਖ ਮੰਤਰੀ ਨੇ ਆਦੇਸ਼ ਦੇ ਕੇ ਰੁਕਵਾ ਦਿੱਤਾ ਜੀ, ਫਲਾਣੇ ਜਲ ਮੰਤਰੀ ਨੇ ਰੁਕਵਾ ਦਿੱਤਾ ਜੀ, ਉਹ ਕਹਿਣਗੇ ਜੀ ਸਾਨੂੰ ਮਿਲਿਆ ਸੀ, ਅਸੀਂ ਇਹਨਾਂ ਨੂੰ ਚਿੱਠੀ ਲਿਖੀ ਸੀ ਜੀ। ਦੋਨਾਂ ਸੂਬਿਆਂ ਦੇ ਦਰਮਿਆਨ ਜਿਹੜੀਆਂ ਚਿੱਠੀਆਂ ਹੋਣਗੀਆਂ, ਜਿਹੜੀਆਂ ਸੈਂਟਰ ਦੀਆਂ ਚਿੱਠੀਆਂ ਆਉਣੀਆਂ, ਉਹ ਸੁਪਰੀਮ ਕੋਰਟ ਦੇ ਅੱਗੇ ਰੱਖ ਦਿੱਤੀਆਂ ਹੋਣਗੀਆਂ ਜੀ, ਜੋ ਖਾਨਾ ਪੂਰਤੀ ਹੋਈ ਹੋਏਗੀ। ਲੇਕਿਨ ਸੁਪਰੀਮ ਕੋਰਟ ਫਿਰ ਉੱਥੇ ਹੀ ਅੜੇਗੀ ਕਿ ਜਦੋਂ ਤੁਸੀਂ ਤੁਹਾਡਾ ਐਕਟ ਜਿਹੜਾ ਸੀਗਾ, ਜਿਹੜਾ ਐਗਰੀਮੈਂਟ ਐਕਟ ਤੁਸੀਂ ਪਾਸ ਕੀਤਾ ਸੀ, ਬਿੱਲ ਪਾਸ ਕੀਤਾ ਸੀ, ਉਹ ਰੱਦ ਹੋ ਚੁੱਕਾ ਜੀ, ਰੱਦ ਹੋ ਚੁੱਕਾ, ਅਤੇ ਫਿਰ ਤੁਸੀਂ ਦੁਬਾਰਾ ਸੁਪਰੀਮ ਕੋਰਟ 'ਚ ਗਏ ਜਾਂ ਨਹੀਂ ਗਏ? ਬਿਲਕੁਲ, ਇਹ ਦੇਖਣ ਵਾਲੀ ਗੱਲ ਆ ਕਿ ਜਿਸ ਤਰੀਕੇ ਨਾਲ ਪਾਣੀਆਂ ਦਾ ਇਹ ਐਕਟ ਬਣਿਆ ਸੀਗਾ ਕੈਪਟਨ ਅਮਰਿੰਦਰ ਸਿੰਘ ਦੇ ਇਨੀਸ਼ੀਏਟਿਵ 'ਤੇ ਜੀ, ਪੰਜਾਬ ਵਿਧਾਨ ਸਭਾ ਦੇ ਵਿੱਚ ਉਹ ਰੈਜੂਲੇਸ਼ਨ ਪਾਸ ਹੁੰਦਾ ਹੈ ਅਤੇ ਫਿਰ ਉਹ ਗਵਰਨਰ ਦੇ ਰਾਹੀਂ ਜੀ ਮੇਰਾ ਖਿਆਲ ਰਾਸ਼ਟਰਪਤੀ ਕੋਲ ਗਿਆ ਤੇ ਰਾਸ਼ਟਰਪਤੀ ਕੋਲ ਕੁਦਰਤੀ ਆ ਕਾਨੂੰਨੀ ਰਾਏ ਲੈਣ ਤੋਂ ਬਿਨਾਂ ਕੋਈ ਹੱਕ ਨਹੀਂ ਸੀ, ਕਿਉਂਕਿ ਇਹ 2-3 ਰਾਜਾਂ ਦਾ ਮਸਲਾ ਸੀ ਜੀ, ਰਾਸ਼ਟਰਪਤੀ ਨੇ ਉਹ ਕਾਨੂੰਨੀ ਰਾਏ ਲੈਣ ਲਈ ਸੁਪਰੀਮ ਕੋਰਟ ਕੋਲ ਭੇਜਿਆ ਤੇ ਸੁਪਰੀਮ ਕੋਰਟ ਨੇ ਉਹਦੇ ਉੱਤੇ ਕੀ ਟਿੱਪਣੀ ਕੀਤੀ, ਕੀ ਰਾਏ ਦਿੱਤੀ ਹੈ? ਮੈਂ ਇਹਦੇ ਬਾਰੇ ਘੱਟੋ ਘੱਟ ਮੇਰੇ ਕੋਲ ਦਸਤਾਵੇਜ਼ੀ ਜਾਂ ਸਰਦਾਰ ਸਾਹਿਬ ਕੋਲ, ਸਾਡੇ ਕੋਲ ਇਸ ਤਰ੍ਹਾਂ ਦਾ ਕੋਈ ਨਹੀਂ ਸੀ, ਅਸੀਂ ਸਰਦਾਰ ਬੀਰ ਦਵਿੰਦਰ ਸਿੰਘ ਨਾਲ ਗੱਲ ਕੀਤੀ, ਉਹਨਾਂ ਨੇ ਸਾਨੂੰ ਇਹ ਸੂਚਨਾ ਦਿੱਤੀ ਹੈ ਕਿ ਇਸ ਤਰੀਕੇ ਨਾਲ ਕੁਛ ਹੋਇਆ ਜ਼ਰੂਰ ਸੀ, ਲੇਕਿਨ ਉਹ ਕਿਧਰੇ ਥੋੜ੍ਹੇ ਬਿਜ਼ੀ ਹੋਣ ਕਰਕੇ ਅੱਜ ਸ਼ਾਮ ਨੂੰ ਇਸ ਮੁੱਦੇ 'ਤੇ ਸਾਡੇ ਨਾਲ ਗੱਲ ਕਰਨਗੇ, ਕਿਉਂਕਿ ਉਹਨਾਂ ਕੋਲ ਅੰਕੜੇ ਬੜੇ ਪੁਖਤਾ ਨੇ। ਲੇਕਿਨ ਮਸਲਾ ਤਾਂ ਸਿਰਫ ਇਹ ਆ ਕਿ ਗੱਲ ਜਿਹੜੀ ਹੈ ਇੱਥੇ ਖਤਮ ਨਹੀਂ ਹੋ ਜਾਂਦੀ ਜੀ, ਅਸੀਂ ਪਹਿਲਾਂ ਵੀ ਇਹ ਸ਼ੰਕਾ ਪ੍ਰਗਟਾਈ ਸੀ ਕਿ ਜਦੋਂ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਜੀ, ਅਤੇ ਸੁਪਰੀਮ ਕੋਰਟ ਦੋਨਾਂ ਸਰਕਾਰਾਂ ਨੂੰ ਕਹਿ ਰਹੀ ਕਿ ਤੁਸੀਂ ਮਿਲ ਬੈਠ ਕੇ ਦੱਸੋ ਕੀ ਕਰਨਾ ਜੀ, ਅਤੇ ਇਸ ਤੋਂ ਪਹਿਲਾਂ ਕਿ ਮੁੱਖ ਮੰਤਰੀ ਪੱਧਰ ਦੇ ਲੋਕ ਬੈਠਦੇ ਜੀ, ਮੰਤਰੀ ਬੈਠਦੇ ਜੀ, ਬੈਠੇ ਕੌਣ ਨੇ? 77 ਪੱਧਰ ਦੇ ਰੈਂਕ ਜੀ, ਉਹ 77 ਪੱਧਰ ਦੇ ਲੋਕ ਕਿਨ ਸੱਦੇ ਨੇ ਜੀ? ਜਲ ਸ਼ਕਤੀ ਮੰਤਰੀ ਨੇ। ਬਿਲਕੁਲ, ਜਲ ਸ਼ਕਤੀ ਮੰਤਰੀ ਹੁਣ ਕਹਿ ਰਹੇ ਜੀ ਕਿ ਅਸੀਂ ਇਹਦੇ 'ਚ ਕੁਛ ਨਹੀਂ ਕਰ ਸਕਦੇ। ਜਲ ਸ਼ਕਤੀ ਮੰਤਰਾਲਾ ਕਹਿ ਰਿਹਾ, ਹਾਂ ਮੰਤਰੀ ਨਹੀਂ ਕਹਿ ਰਿਹਾ, ਉਹਦਾ ਕਾਰਨ ਹੈ ਕਿ ਸੁਪਰੀਮ ਕੋਰਟ ਵੱਲੋਂ ਸਪਸ਼ਟ ਡਾਇਰੈਕਸ਼ਨ ਸੀਗੀ ਕਿ 3 ਸਤੰਬਰ ਦੀ ਸੁਣਵਾਈ ਤੋਂ ਪਹਿਲਾਂ ਇਹਨਾਂ ਦੋਨਾਂ ਧਿਰਾਂ ਨੂੰ ਇਹ ਮਹਿਕਮਾ ਬਿਠਾਵੇ, ਦੋਨਾਂ ਸਟੇਟਸ ਨੂੰ ਬਿਠਾਵੇ ਜਾਂ ਜਿਹੜੇ ਵੀ ਹੋਰ ਇਹਦੇ 'ਚ ਧਿਰ ਨੇ, ਔਰ ਉਹ ਬਹਿ ਕੇ ਫੈਸਲਾ ਕਰਨ ਕਿ ਕੀ ਇਸ ਸੰਬੰਧੀ ਉਹ ਅਦਾਲਤ ਦੇ ਬਾਰ ਬਾਰ ਕੋਈ ਗੱਲ ਮੁਕਾ ਸਕਦੇ। ਔਰ ਇਹਦੇ ਲਈ ਜਿਹੜੀਆਂ 2 ਮੀਟਿੰਗਾਂ ਸੱਦੀਆਂ, ਲਾਸਟ ਜਿਹੜੀ 21 ਨੂੰ ਸੱਦੀ ਜੀ, 21 ਤਰੀਕ ਨੂੰ, ਔਰ ਉਹਦੇ ਵਿੱਚ ਕਰਨ ਅਵਤਾਰ ਸਿੰਘ ਹਾਜ਼ਰ ਹੁੰਦੇ ਆ, ਜਾਂਦੇ ਆ, ਲੇਕਿਨ ਉਹ ਕਹਿੰਦੇ ਆ ਜੀ ਅਸੀਂ ਅਗਲੀ ਮੀਟਿੰਗ 'ਤੇ ਇਸ ਤੋਂ ਇਲਾਵਾ ਫੈਸਲਾ ਲੈਣ ਦੇ ਅਧਿਕਾਰ ਦੇ ਕੇ ਆਏ ਸੀ ਕਿ ਤੁਸੀਂ ਅਗਲੀ ਮੀਟਿੰਗ ਦਾ ਟਾਈਮ ਸੈੱਟ ਕਰ ਲਓ, ਔਰ ਉਸ ਤੋਂ ਇਲਾਵਾ ਜਿਹੜਾ ਸੁਪਰੀਮ ਕੋਰਟ 'ਚ 3 ਸਤੰਬਰ 'ਚ ਜਾਣ ਤੋਂ ਪਹਿਲਾਂ ਬਾਹਰ ਕੋਈ ਫੈਸਲਾ ਕਰ ਲਈਏ। ਕੀ ਕਰਨ ਅਵਤਾਰ ਸਿੰਘ
ਜਾਂ ਹਰਿਆਣੇ ਦੇ ਚੀਫ ਸੈਕਟਰੀ ਕੋਲ ਇਸ ਤਰ੍ਹਾਂ ਦੇ ਅਧਿਕਾਰ ਹੋਣਗੇ, ਕਿਉਂਕਿ ਜਿਸ ਮੁੱਦੇ ਤੇ ਪੰਜਾਬ 'ਚ ਖੂਨ ਦੀਆਂ ਨਹਿਰਾਂ ਵਗੀਆਂ ਹੋਣ, ਜਿਹਦੇ 'ਚ ਪੋਲੀਟੀਸ਼ੀਅਨ ਜੰਪ ਮਾਰ ਮਾਰ ਇੱਕ ਦੂਜੇ ਤੋਂ ਅੱਗੇ ਲੰਘਣ ਦਾ ਯਤਨ ਕਰਦੇ ਹੋਣ ਬਿਆਨ ਦੇਣ ਦੇ ਮਾਮਲੇ 'ਚ, ਕੀ ਉੱਥੇ ਅਫਸਰ ਇਸ ਤਰ੍ਹਾਂ ਦੀ ਕੋਈ ਫੈਸਲਾ ਲੈ ਸਕਦੇ ਆ? ਸੋ ਬਹੁਤ ਜ਼ਰੂਰੀ ਸੀ ਕਿ ਜੇ ਕੈਪਟਨ ਅਮਰਿੰਦਰ ਸਿੰਘ ਇਹਦੇ 'ਤੇ ਬਹੁਤ ਸੁਹਿਰਦ ਸੀਗੇ ਤਾਂ ਪੰਜਾਬ ਦੀਆਂ ਸਾਰੀਆਂ ਜਿੰਨੀਆਂ ਵੀ ਧਿਰਾਂ ਸੀ, ਜਿੰਨੀਆਂ ਸਿਆਸੀ ਪਾਰਟੀਆਂ ਜਾਂ ਗੈਰ ਸਿਆਸੀ ਪਾਰਟੀਆਂ ਜਾਂ ਸਮਾਜ ਸੇਵੀ ਲੋਕ ਇੱਕ ਵੱਡਾ ਇਕੱਠ ਬੁਲਾ ਕੇ ਸਰਵ ਪਾਰਟੀ ਮੀਟਿੰਗ ਕਰਦੇ, ਤੁਹਾਡੇ ਫੈਸਲਾ ਲੈ ਕੇ, ਤੇ ਫਿਰ ਉਹ ਕਰਨ ਅਵਤਾਰ ਸਿੰਘ ਉਸ ਫੈਸਲੇ ਦੀ ਰੋਸ਼ਨੀ 'ਚ ਮੀਟਿੰਗ ਦੇ ਵਿੱਚ ਸ਼ਾਮਲ ਹੁੰਦੇ ਤੇ ਸ਼ਾਇਦ ਕੁਝ ਗੱਲ ਬਣਦੀ? ਰੰਧਾਵਾ ਸਾਹਿਬ, ਮੈਂ ਤੁਹਾਡੀ ਜਾਣਕਾਰੀ ਵਾਅਦਾ ਕਰਾਂ, ਸ਼ਾਇਦ ਪਰਸੋਂ ਭਗਵੰਤ ਮਾਨ ਨੇ ਬਿਆਨ ਦਿੱਤਾ ਸੀ ਜੀ ਕਿ ਪਾਣੀਆਂ ਦੇ ਮੁੱਦੇ 'ਤੇ ਕੈਪਟਨ ਅਮਰਿੰਦਰ ਸਿੰਘ ਨੂੰ ਸਰਵ ਪਾਰਟੀ ਮੀਟਿੰਗ ਸੱਦ ਲੈਣੀ ਚਾਹੀਦੀ ਹੈ। ਬਿਲਕੁਲ, ਲੇਕਿਨ ਉਹਨਾਂ ਦਾ ਇਹ ਬਿਆਨ ਜਿਹੜਾ ਆ ਉਹ ਸ਼ਾਇਦ ਸਿਆਸਤਦਾਨਾਂ ਦੇ ਕੰਨਾਂ ਦੇ ਕੋਲੋਂ ਦੀ ਲੰਘਿਆ। ਬਿਲਕੁਲ, ਔਰ ਅਜੇ ਤੱਕ ਅੱਜ 28 ਤਰੀਕ ਹੈ, ਕੋਈ ਐਸੀ ਸੰਭਾਵਨਾ ਨਜ਼ਰ ਨਹੀਂ ਆ ਰਹੀ। ਲੇਕਿਨ ਜਿਸ ਤਰ੍ਹਾਂ ਜਲ ਸ਼ਕਤੀ ਮੰਤਰਾਲੇ ਨੇ ਜੀ ਇਹ ਮੁੱਦਾ ਤਾਂ ਨਹੀਂ ਖਤਮ ਕੀਤਾ ਜੀ, ਲੇਕਿਨ ਇੱਕ ਹੋਰ ਵਿਗਾੜ ਸੁਣਾਤੀ ਹੈ ਹਾਂਸੀ ਬਟਾਣਾ, ਕਿ ਹਾਂਸੀ ਬਟਾਣਾ ਨਹਿਰ ਜਿਹੜੀ ਆ ਅਖੇਰੀ 300 ਕਿਲੋਮੀਟਰ 300 ਕਰੋੜ ਨਾਲ 2006 'ਚ ਉਹਨੂੰ ਤਿਆਰ ਕਰ ਰਹੀ ਸੀ ਹਰਿਆਣੇ ਨੇ ਜੀ, ਅਤੇ 109 ਕਿਲੋਮੀਟਰ ਜਿਹੜੀ ਹੈ ਉਹਦੇ ਲਈ ਤੁਸੀਂ ਦੋਨੇ ਰਾਜ ਅੱਧੋ ਅੱਧ ਕਰ ਲਓ। ਹੁਣ ਉਹ ਫੈਸਲਾ ਤਾਂ ਕੁਛ ਹੋਰ ਕਰਾਉਣਗੇ ਜੀ, ਸੁਪਰੀਮ ਕੋਰਟ ਨੇ ਤਾਂ ਕੁਛ ਹੋਰ ਕਿਹਾ ਸੀ ਕਿ ਸਤਲੁਜ ਯਮੁਨਾ ਲਿੰਕ ਨਹਿਰ ਦੇ ਬਾਰੇ 'ਚ ਕੁਝ ਕਰ ਲਓ ਕਰ ਲਓ, ਲੇਕਿਨ ਜਿਹੜਾ ਯੂਨੀਅਨ ਮੰਤਰਾਲਾ ਹੈਗਾ ਜਲ ਨਾਲ ਸੰਬੰਧਿਤ ਜੀ ਉਹ ਕਹਿੰਦਾ ਹੈ ਕਿ ਤੁਸੀਂ ਇਹ ਤਾਂ ਕੋਈ ਨਹੀਂ ਦੇਖ ਲਾਂਗੇ ਜੀ, ਲੇਕਿਨ ਹਾਸੀ ਬਟਾਣਾ ਪਹਿਲਾਂ ਕਰ ਲਓ। ਉਹਦਾ ਕਾਰਨ ਇਹ ਹੈ ਨਾ ਵੀ ਅਸੀਂ ਪਹਿਲਾਂ ਵੀ ਇਹ ਸ਼ੰਕਾ ਪ੍ਰਗਟਾਈ ਸੀ ਔਰ ਸੋਸ਼ਲ ਮੀਡੀਆ 'ਤੇ ਪੂਰੀ ਚਰਚਾ ਚੱਲੀ ਸੀ ਜੀ ਕਿ ਜਲ ਸ਼ਕਤੀ ਮੰਤਰਾਲੇ ਦਾ ਜਿਹੜਾ ਮੰਤਰੀ ਹੈ ਉਹ ਤੇ ਰਾਜਸਥਾਨ ਦਾ ਹੈ ਤੇ ਡਿਪਟੀ ਹਰਿਆਣੇ ਦਾ, ਤੇ ਡਿਪਟੀ ਜਿਹੜਾ ਉਹ ਹਰਿਆਣੇ ਦਾ ਜੀ, ਤੇ ਇਹਨਾਂ ਦੋਨਾਂ ਦੇ ਕੋਲੋਂ ਪੰਜਾਬ ਨੂੰ ਖੁਰਾਕ ਕੀ ਮਿਲਣੀ ਹੈ? ਨਾ 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 ਨਾ, ਸੋਚਿਆ ਨਹੀਂ ਜਾ ਸਕਦਾ। ਔਰ ਪੰਜਾਬ ਦੀ ਹਾਲਤ ਉਹ ਹੋਈ ਜੀ, ਅਖੇ ਨਮਾਜ਼ ਬਖਸ਼ਾਉਣ ਗਏ ਸੀ ਜੀ, ਰੋਜੇ ਗੱਲ ਪਵਾ ਜੇ ਹੁਣ ਗੱਲ ਸੱਚੀ ਹੈ ਕਿ ਗੱਲ ਤਾਂ SYL ਦੀ ਚੱਲਦੀ ਸੀ, ਅਗਲਿਆਂ ਨੇ ਸੁਣਾ ਤਾ ਕਿ ਹਾਂਸੀ ਬਟਾਣਾ ਦੀ ਵੀ 109 ਕਿਲੋਮੀਟਰ ਪੂਰੀ ਕਰ ਹੀ ਲਓ, ਉਹ ਵੀ ਤੁਸੀਂ ਕਰ ਲਓ, ਲੱਗਦੇ ਹੱਥ ਕਰ ਲਓ, ਉਹ ਵੀ ਕਰ ਲਓ ਜਿਹਨੂੰ ਭਾਖੜਾ ਤੋਂ ਜਾਣਾ ਹੈ, ਜਿਹਨੂੰ ਭਾਖੜਾ ਤੋਂ ਭਾਖੜਾ ਤੋਂ ਬਈ ਹੁਣੇ ਹੀ ਦੇਖ ਲੈਂਦੇ ਕਿ ਪੰਜਾਬ ਹੁਣੇ ਹੀ ਹੜਾਂ ਨਾਲ ਮਰਿਆ, ਇਸੇ ਪਾਣੀ ਨੇ ਡੋਬ ਡੋਬ ਗੋਤੇ ਦੇ ਮਾਰਿਆ ਜੀ, ਸਾਡਾ ਰਿਹਾ ਕੱਖ ਨਹੀਂ, ਤੇ ਤੁਹਾਨੂੰ ਇਹੀ ਪਾਣੀ ਜਿਹੜਾ ਵਾ ਉਹ ਦਿਸਦਾ ਹੈ ਆਪਣੇ ਖੇਤਾਂ 'ਚ ਜਾਂਦਾ। ਬਿਲਕੁਲ, ਇਹ ਜਗੋ ਤੇਰਵੀਂ ਆ ਪੰਜਾਬੀਆਂ ਨਾਲ ਹੁੰਦੀ ਆਈ, ਕੋਈ ਨਹੀਂ ਪੰਜਾਬ ਹੇਕੜਾ ਕੇ ਜਰਦਾ ਵੀ ਰਿਹਾ ਜੀ, ਅਸੀਂ ਮਰੇ ਨਹੀਂ, ਔਰ ਇਹ ਸਿਲਸਿਲਾ ਸਦੀਆਂ ਤੋਂ ਚੱਲਿਆ ਆਉਂਦਾ ਜੀ, ਬਾਬੇ ਨਾਨਕ ਤੋਂ ਬਾਬਰ ਦੀਆਂ ਗੱਲਾਂ ਵਾਲੀ ਗੱਲ, ਬਿਲਕੁਲ ਅੱਜ ਵੀ ਪੰਜਾਬੀ ਜਿਹੜੇ